ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ। ਅੱਜ ਸ਼ਹਿਰ ਬੱਸੀ ਪਠਾਣਾ ਵਿਖੇ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ITI ਨੇੜੇ ਨਾਕਾ ਲਗਾਇਆ ਹੋਇਆ ਸੀ ਉਦੋਂ ਪੈਦਲ ਆ ਰਹੇ ਇੱਕ ਵਿਅਕਤੀ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਿੱਤੀ ਗਈ। 20 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਹਿਚਾਣ ਗੁਰਮੇਲ ਸਿੰਘ ਨਿਵਾਸੀ ਪਿੰਡ ਕੋਟ ਖਹਿਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਤੌਰ ਤੇ ਹੋਈ। ਪੁਲਿਸ ਨੇ ਦੋਸ਼ੀ ਦੇ ਖਿਲਾਫ ਕਾਰਵਾਈ ਸ਼ੁਰੂ ਕਰਦੇ ਹੋਏ ਦੱਸਿਆ ਕਿ ਇਹ ਦੋਸ਼ੀ ਕਿੱਥੋਂ ਹੈਰੋਨ ਲੈ ਕੇ ਆਉਂਦਾ ਸੀ ਅਤੇ ਕਿਹਨੂੰ ਸਪਲਾਈ ਕਰਦਾ ਸੀ, ਪੁਲਿਸ ਤਫਤੀਸ਼ ਕਰ ਰਹੀ ਹੈ। ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਬੱਸੀ ਪਠਾਣਾ ਤੋਂ ਪ੍ਰਦੀਪ ਕੁਮਾਰ ਦੀ ਖਾਸ ਰਿਪੋਰਟ। ਜੀ ਸਰ, ਕੀ ਮਾਮਲਾ ਜੀ? ਇਸੇ ਰਾਤੀ ਮੈਂ ਨਾਕਾਬੰਦੀ ਕੀਤੀ ਹੋਈ ਸੀ ITI ਚੌਂਕ ਦੇ ਵਿੱਚ। ITI ਚੌਂਕ ਦੇ ਵਿੱਚ ਇੱਕ ਬੰਦਾ ਸਾਨੂੰ ਸ਼ੱਕ ਦੇ ਆਧਾਰ 'ਤੇ ਸੀ, ਜਿਹਨੂੰ ਚੈੱਕ ਕੀਤਾ। ਜਦੋਂ ਉਸਨੂੰ ਚੈੱਕ ਕਰਨ ਲੱਗਾ ਤਾਂ ਉਹ ਭੱਜਣ ਲੱਗਾ। ਭਾਅ ਜੀ ਅਸੀਂ ਕਾਬੂ ਕੀਤਾ, ਕਾਬੂ ਕਰਕੇ ਉਹਦੀ ਤਲਾਸ਼ੀ ਲਈ। ਤਲਾਸ਼ੀ ਲੈਣ 'ਤੇ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਆ। ਇਹਦਾ ਨਾਮ ਗੁਰਮੇਲ ਸਿੰਘ, ਸਨ ਆਫ ਕਾਬਲ ਸਿੰਘ ਆ, ਵਾਸੀ ਅੰਮ੍ਰਿਤਸਰ। ਸਰ ਪਹਿਲਾਂ ਵੀ ਇਹ 'ਤੇ ਕੋਈ ਮਾਮਲਾ ਜੀ? ਇਹਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ। ਇਹਦੇ ਸੰਬੰਧਿਤ ਥਾਣੇ ਨੂੰ ਅਸੀਂ ਲਿਖ ਕੇ ਭੇਜ ਰਹੇ ਹਾਂ। ਸਰ ਰਿਮਾਂਡ ਪੇਸ਼ ਕਰ ਦਿੱਤਾ, ਕੋਰਟ 'ਚ ਪੇਸ਼ ਕੀਤਾ ਜੀ, ਜਿਹਦੇ ਵਿੱਚ 20 ਤਰੀਕ ਤੱਕ ਦਾ ਰਿਮਾਂਡ ਇਹਦਾ ਹਾਸਲ ਹੋਇਆ ਜੀ। ਕਿੰਨਾ ਕੁ ਪੀਰੀਅਡ ਫੜੀ ਗਈ? ਜਦੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਸਰ ਇਹ ਪੀਣ ਦਾ ਆਦੀ ਸੀ ਜਾਂ ਆਪਣਾ ਬੇਸ ਬੂਝਦਾ ਸੀ? ਇਹਨੇ ਜੀ ਇਹ ਕਹਿੰਦੇ ਮੈਂ ਪਹਿਲਾਂ ਪੀਣ ਲੱਗਿਆ ਜੀ। ਇਹਨੇ ਮੈਨੂੰ ਪੁੱਛ ਗਈ ਜੀ, ਇਹੀ ਦੱਸਿਆ ਜੀ, ਕਹਿੰਦਾ ਪੀਣ ਲੱਗਿਆ। ਪੀਣ ਤੋਂ ਬਾਅਦ ਕਹਿੰਦਾ ਮੈਂ ਖਰਚਾ ਪੂਰਾ ਨਹੀਂ ਸੀ ਹੁੰਦਾ ਅਤੇ ਮੈਂ ਫਿਰ ਵੇਚਣ ਲੱਗ ਗਿਆ ਸੀ।